ਜਿਵੇਂ ਮੈਂ ਗੋਦਾਮ ਵਿੱਚ ਆਇਆ ਮੈਨੂੰ ਇਹਨਾਂ ਨੇ ਦੱਸਿਆ ਲੇਬਰ ਵਾਲਿਆਂ ਨੇ ਗੋਦਾਮ ਵਿੱਚ ਅੱਗ ਲੱਗ ਗਈ ਜਿੰਨੀ ਲੇਬਰਾਂ ਸੀ ਇਕੱਠੀਆਂ ਹੋ ਗਈਆਂ ਉਹਨਾਂ ਨੇ ਫੜ ਕੇ ਮਿੱਟੀ ਪਾਉਣੀ ਸ਼ੁਰੂ ਕੀਤੀ ਪਰ ਅੱਗ ਜਿਹੜੀ ਚੱਕੇ ਤੋਂ ਚੱਕੇ ਫੈਲਣੀ ਸ਼ੁਰੂ ਹੋ ਗਈ ਸੀ ਕਿੰਨੇ ਚੱਕੇ ਖਰਾਬ ਹੋਏ ਸਾਡੇ 10 ਚੱਕੇ ਖਰਾਬ ਹੋ ਗਏ ਕਿੰਨੀ ਟੋਟਲ ਕਣਕ ਲਾਸ ਹੋਈ ਹੈ ਦੇਖੋ ਇਹਦਾ ਹੁਣ ਚੱਕੇ ਦੀ ਦੁਬਾਰਾ ਰੀਬਿਲਡਿੰਗ ਹੋ ਕੇ ਸਾਰਾ ਐਸਟੀਮੇਟ ਬਾਅਦ ਚ ਲਗਾਇਆ ਗਿਆ ਅੰਦਾਜ਼ਾ ਚੱਕੇ 'ਚ ਕਿੰਨੀ ਕਣਕ ਹੁੰਦੀ ਹੈ ਇੱਕ 'ਚ 3500 ਬੋਰੀ ਹੁੰਦੀ ਹੈ 30000 ਬੋਰੀ ਮਤਲਬ ਖਰਾਬ ਹੋ ਗਈ ਨਹੀਂ ਆਪਾਂ ਕਹਿ ਨਹੀਂ ਸਕਦੇ 30000 ਖਰਾਬ ਹੋ ਗਈ ਹਜੇ ਅਸੀਂ ਦੁਬਾਰਾ ਰੀਬਿਲਡ ਕਰ ਰਹੇ ਹਾਂ ਜਿਹੜੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਨਾਜ ਨੂੰ ਜਿੰਨਾ ਮੈਕਸੀਮਮ ਹੋਇਆ ਅਸੀਂ ਬਚਾਵਾਂਗੇ ਅੱਗ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ ਅੱਗ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਦੂਸਰੀ ਜਗ੍ਹਾ ਲਾਣੇ ਹਲੇ ਟਾਈਮ ਲੱਗ ਜਾਣਾ ਕਿੰਨੀਆਂ ਗੱਡੀਆਂ ਨੇ ਅੱਗ ਬੁਝਾਈ ਗੱਡੀਆਂ ਦੋ ਤਿੰਨ ਚਾਰ ਪੰਜ ਗੱਡੀਆਂ ਸੀਗੀਆਂ